ਨਾਲ ਸਭ ਤੋਂ ਪਹਿਲਾਂ ਮੁਹੱਬਤ ਕਰੋ ਉਸ ਕੰਮ ਦੇ ਨਾਲ ਜੀ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਜਰਬਾ ਕੀਤਾ ਤੇ ਇੱਕ ਆਪਣੇ ਕਸਟਮਰ ਨਾਲ ਪਿਆਰ ਕਰੋ ਜੀ ਜਦੋਂ ਤੁਸੀਂ ਕਸਟਮਰ ਨਾਲ ਪਿਆਰ ਕਰੋਗੇ ਆਪਣੇ ਕੰਮ ਨਾਲ ਮੁਹੱਬਤ ਕਰੋਗੇ ਉਹ ਖੁਦਾ ਉਹ ਵਾਹਿਗੁਰੂ ਉਹ ਪਰਮਾਤਮਾ ਤੁਹਾਡੇ ਉੱਪਰ ਦਇਆ ਲਾਉਗੀ ਜੀ ਤੇ ਤੁਹਾਡਾ ਕਾਰੋਬਾਰ ਅੱਗੇ ਹੀ ਅੱਗੇ ਵਧਦਾ ਜਾਊਗਾ ਹਮਨੇ ਚਵਾਰੀ ਵਾਲੀ ਬਾਰੀ ਕਦੀ ਦੇ ਉਹ ਇੱਕ ਨੋਕ ਝੋਕ ਨੋਕ ਝੋਕ ਕੇ ਲਾੜਾ ਲਾੜੀ ਦੀ ਮੈਂ ਦਿਖਾ ਲਦਾ ਸੀ ਲੋਕ ਆਉਂਦੇ ਆਉਂਦੇ ਜਦੋਂ ਐਂਟਰੀ ਹੁੰਦੀ ਆ ਸਾਰੀ ਬਰਾਤ ਉੱਤਰਦੀ ਆ ਬੈਂਡ ਵੱਜਦਾ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੂਨਕ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁੱਜੇ ਆ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਵਿੱਚ ਜਿੱਥੇ ਇੱਕ ਆਪਾਂ ਤੁਹਾਨੂੰ ਐਸੇ ਫੇਮਸ ਚਿਹਰੇ ਦੇ ਨਾਲ ਮਿਲੋਂ ਜਾਣ ਜਾ ਰਹੇ ਆ ਜਿਨ੍ਹਾਂ ਦੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹੈਗੀਆਂ ਜਿਆਦਾ ਸਮਾਂ ਨਾਲ ਲੈਂਦੇ ਹੋਏ ਸਾਡੇ ਨਾਲ ਮੌਜੂਦ ਆ ਫੇਮਸ ਚਿਹਰਾ ਪੀਵੀ ਪਿੱਲੂ ਜੀ ਪੀਵੀ ਪਿੱਲੂ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਸਭ ਤੋਂ ਪਹਿਲਾਂ ਜੀ ਪੰਜਾਬੀ ਰੰਗ ਟੀਵੀ ਦਾ ਵੀ ਧੰਨਵਾਦ ਕਰਦਾ ਜਿਹੜਾ ਕਿ ਸਾਨੂੰ ਆਪਣੇ ਮਾਧਿਅਮ ਦੁਆਰਾ ਸਾਡੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਮਿਲਾਉਣ ਦੀ ਯਤਨ ਦੇ ਵਿੱਚ ਤੇ ਯਤਨ ਕਰ ਰਿਹਾ ਤੁਹਾਡਾ ਜੀ ਇੱਥੇ ਆਉਣ ਲਈ ਧੰਨਵਾਦ ਤੇ ਆਪਣੇ ਪਿਆਰੇ ਪਿਆਰੇ ਇਹ ਦਰਸ਼ਕਾਂ ਦਾ ਮੈਂ ਸਤਿ ਸ੍ਰੀ ਅਕਾਲ ਕਹਿੰਦਾ ਅੱਛਾ ਪੀਵੀ ਪਿੱਲੂ ਜੀ ਪਹਿਲਾਂ ਤਾਂ ਸਾਡੇ ਦਸ਼ਕ ਵੀਰਾਂ ਨੂੰ ਇਹਦੇ ਕੋਲ ਤੁਹਾਡਾ ਪੀਵੀ ਪਿੱਲੂ ਨਾਮ ਕਿਵੇਂ ਪਿਆ ਹਾਂ ਪੀ ਵੀ ਪਿੱਲੂ ਦੇਖੋ ਜੀ ਜਿਹੜਾ ਮੇਰਾ ਮੇਰਾ ਫੁੱਲ ਨਾਮ ਆਏਗਾ ਜੀ ਉਹ ਪ੍ਰੀਤਮ ਸਿੰਘ ਹੈ ਅੱਛਾ ਜੀ ਤੇ ਬੱਸੀ ਜਲਾਲ ਮੇਰਾ ਪਿੰਡ ਹੈ ਠੀਕ ਆ ਜੀ ਤੇ ਜਦੋਂ ਮੈਂ ਆਪਣਾ ਸਟੂਡੀਓ ਦਾ ਨਾਮ ਰੱਖਿਆ ਪੀ ਪਲੱਸ ਬੀ ਅੱਛਾ ਪੀ ਪਲੱਸ ਬੀ ਬੀ ਹਾਂ ਜੀ ਤੇ ਇੱਕ ਹਾਸੋਹੀਣੀ ਗੱਲ ਹੈ ਤੁਹਾਡੇ ਸਵਾਲ ਦੇ ਵਿੱਚੋਂ ਬਣਦੀ ਹੈ ਤੇ ਮੇਰੀ ਵਾਈਫ ਦਾ ਨਾਮ ਬਬਲੀ ਹੈ ਅੱਛਾ ਜੀ ਤੇ ਪੀ ਤੇ ਬੀ ਦਾ ਮੇਲ ਹੈ ਬਿੰਦਾ ਮੇਰੇ ਬੇਟੇ ਦਾ ਨਾਮ ਹੈ ਅੱਛਾ ਉਹ ਵੀ ਪੀ ਤੇ ਬੀ ਠੀਕ ਤੇ ਮੈਂ ਪੰਜਾਬ ਦਾ ਰਹਿਣ ਵਾਲਾ ਪੰਜਾਬ ਨੂੰ ਸ਼ੋਰਟ ਚ ਵਿੱਚ ਪੀਬੀਬੀ ਕਿਹਾ ਜਾਂਦਾ ਹੈ ਜੀ 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 ਤੇ ਇਸੇ ਤਰ੍ਹਾਂ ਇਹ ਮੇਰਾ ਜਿਹੜਾ ਬੀ ਵਰਲਡ ਹੈ ਉਹ ਮੇਰੇ ਨਾਲ ਬਹੁਤ ਜੁੜਿਆ ਹੋਇਆ ਤੇ ਪੀ ਮੈ ਰਿਆ ਤੇ ਬੀ ਪਲੱਸ ਇਸ ਕਰਕੇ ਮੈਂ ਇਹਨੂੰ ਪੀਬੀ ਆਪਣਾ ਨਾਮ ਦੇ ਨਾਲ ਖਲਸ ਰੱਖਿਆ ਤੇ ਪਿੱਲੂ ਛੋਟਾ ਨਾਮ ਹੈ ਤੁਹਾਡਾ ਹਾਂਜੀ ਹਾਂਜੀ ਪਿੰਡ ਦੇ ਵਿੱਚ ਜਿੱਦਾਂ ਮੈਂ ਮੇਰਾ ਜਨਮ ਹੈ ਮੈਨੂੰ ਸ਼ੋਰਟ ਨਾਮ ਤੋਂ ਇਹ ਪਿੱਲੂ ਤੋਂ ਨਾਮ ਪਰਚਾਣਦੇ ਮੇਰੇ ਅੱਛਾ ਇਹ ਤਾਂ ਸਾਨੂੰ ਤੁਹਾਡਾ ਬੈਕਗ੍ਰਾਉਂਡ ਦਾ ਤੇ ਅੱਛਾ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਜਿੱਦਾਂ ਕਿ ਤੁਸੀਂ ਪਹਿਲਾ ਵੀਡੀਓਗ੍ਰਾਫੀ ਤੇ ਅੱਜ ਦੀ ਵੀਡੀਓਗ੍ਰਾਫੀ ਵਿੱਚ ਕੀ ਬਦਲਾਅ ਦੇਖਦੇ ਹੋ ਹਾਂ ਤੁਹਾਡਾ ਇੱਕ ਬੜਾ ਕੁਐਸਚਨ ਲਜਿਤਦਾਰ ਹੈ ਤੇ ਸੋ ਅਸੀਂ ਆਪਣੇ ਪਿਆਰੇ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜਾ ਬਦਲਾਅ ਆ ਕੁਦਰਤ ਦਾ اٹਲ ਨਿਯਮ ਹੈ ਜੀ ਕਿਉਂ ਬੰਦਾ ਜਿਹੋ ਜਿਹਾ ਘਰੋਂ ਸਵੇਰੇ ਤਿਆਰ ਹੋ ਕੇ ਜਾਂਦਾ ਆ ਸ਼ਾਮ ਨੂੰ ਜਦੋਂ ਆਪਣੇ ਘਰ ਪਰਤਦਾ ਉਹ ਬਦਲਿਆ ਹੁੰਦਾ ਜੀ ਹੁਣ ਕੀ ਬਦਲਿਆ ਹੁੰਦਾ ਉਹਦਾ ਕਲਰ ਮੈਲਾ ਹੋ ਜਾਂਦਾ ਬੂਟ ਧੂੜ ਦੇ ਨਾਲ ਭਰ ਜਾਂਦੇ ਆ ਕੱਪੜੇ ਮੈਲੇ ਹੋ ਜਾਂਦੇ ਕਫ ਮੈਲੇ ਹੋ ਜਾਂਦੇ ਕੀ ਹੋਇਆ 12 ਘੰਟੇ ਦੇ ਅੰਦਰ ਜੋ ਸਵੇਰੇ ਸੀ ਉਹ ਬਦਲ ਗਿਆ ਜੀ ਜਿਹੜਾ ਫੁੱਲ ਸਵੇਰੇ ਟੈਕਿਆ ਬਹੁਤ ਹੀ ਖੂਬਸੂਰਤੀ ਨਾਲ ਟੈਕਿਆ ਜਦੋਂ ਉਹਨੂੰ ਤੁਸੀਂ ਸ਼ਾਮ ਨੂੰ ਦੇਖਿਆ ਤੇ ਉਹ ਮਰ ਜਾ ਗਿਆ ਕੀ ਹੋਇਆ 12 ਘੰਟੇ ਦੇ ਅੰਦਰ ਅੰਦਰ ਬਦਲਾ ਆ ਗਿਆ ਇਹ ਜਿਹੜਾ ਬਦਲਾ ਆਇਆ ਇਹ ਕੁਦਰਤ ਦਾ ਇੱਕ ਨਿਜ਼ਮ ਹੈ ਤੇ ਇਹ ਬਦਲਦਾ ਹੀ ਰਹਿਣਾ ਹੈ ਸਮੇਂ ਦੇ ਨਾਲ-ਨਾਲ ਉਸ ਬਦਲਾ ਦੇ ਨਾਲ ਪੀਰੀਅਡ बेशक ਸਾਡਾ ਵੱਡਾ ਹੋ ਜਾਂਦਾ ਕੋਈ 10 ਸਾਲ ਕੋਈ 5 ਸਾਲ ਕੋਈ ਕੁਛ ਸਾਨੂੰ ਮਹਿਸੂਸ ਹੁੰਦਾ ਪਰ ਲੇਕਿਨ ਇੱਕ ਸੈਕਿੰਡ ਇੱਕ ਮਿੰਟ 2 ਮਿੰਟ ਵਿੱਚ ਵਿੱਚ ਬਦਲਾ ਜਿਹੜਾ ਉਹ ਚੱਲੀ ਜਾ ਰਿਹਾ ਹੈ ਦਿਨ ਰਾਤ ਬਦਲਦੇ ਆ ਦਿਨ ਰਾਤ ਵਿੱਚ ਬਦਲਦੀ ਆ ਰਾਤ ਦਿਨ ਵੀ ਬਦਲਦਾ ਇਹ ਵੀ ਰੁੱਤਾਂ ਬਦਲਦੀਆਂ ਇਸ ਤਰ੍ਹਾਂ ਕੁਛ ਬਦਲਦਾ ਸੋ ਜਿਹੜਾ ਬਦਲਾ ਹੈ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਇਹ ਹਮੇਸ਼ਾ ਬਦਲਦਾ ਰਹੂਗਾ ਤੇ ਬਦਲਦਾ ਰਹਿਣਾ ਅੱਛਾ ਜੀ ਅੱਛਾ ਪੀਵੀਜੀ ਸਾਡਾ ਤੁਹਾਨੂੰ ਦੂਜਾ ਸਵਾਲ ਹੈਗਾ ਕਿ ਪੁਰਾਣੇ ਪੰਨ ਤੇ ਨਵੇਂ ਪੰਨ ਨੂੰ ਤੁਸੀਂ ਕਿਹੋ ਜਿਹਾ ਦੇਖਦੇ ਹੋ ਪੁਰਾਣੇ ਪੰਨ ਜਿੱਦਾਂ ਕਿ ਪਹਿਲਾਂ ਕੈਮਰੇ ਚੱਲਦੇ ਹੁੰਦੇ ਸੀ ਵੱਡੇ ਵੱਡੇ ਉਹਨਾਂ ਨੂੰ ਏਦਾਂ ਮੋਢਿਆਂ ਤੇ ਚੱਲਦੇ ਸੀਗੇ ਦੇਖਦੇ ਸੀਗੇ ਲੋਕੀ ਵੀਡੀਓ ਬਣਾਉਂਦੇ ਸੀਗੇ ਅੱਜ ਛੋਟੇ ਛੋਟੇ ਟੈਕਨੋਲੋਜੀ ਆ ਗਈ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਪੁਰਾਣੀ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਕੋਈ ਵੀ ਇੰਜੀਨੀਅਰ ਜਿੰਨਾ ਚਿਰ ਉਹ ਪੁਰਾਣੀ ਚੀਜ਼ ਨੂੰ ਨਹੀਂ ਪੂਰੀ ਤਰ੍ਹਾਂ ਪਰਖਦਾ ਤੇ ਉਹ ਨਵੇਂ ਦੀ ਉਲਿਕਣਾ ਨਹੀਂ ਕਰ ਸਕਦਾ ਜੀ ਇਵੇਂ ਹੀ ਹੈ ਸਾਡੇ ਸਮਿਆਂ ਦੇ ਵਿੱਚ ਜਿਹੜੇ ਕੈਮਰੇ ਹੁੰਦੇ ਸੀਗੇ ਉਹ ਉਹਨਾਂ ਨੂੰ ਸ਼ੋਲਡਰ ਤੇ ਰੱਖ ਕੇ ਮੋਢਿਆਂ ਤੇ ਰੱਖ ਕੇ ਚਲਾਇਆ ਜਾਂਦਾ ਸੀਗਾ ਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜੋ ਅੱਜ ਤੱਕ ਨੀਕਾਂ ਹੈਗੀਆਂ ਉਹ ਤਕਨੀਕਾਂ ਨਹੀਂ ਸੀ ਤੇ ਇਵੇਂ ਇਵੇਂ ਹੀ ਹੈ ਪਹਿਲਾਂ ਜਿਹੜਾ ਕੋਈ ਵੀ ਇੰਜੀਨੀਅਰ ਆ ਕੋਈ ਵੀ ਸਾਡਾ ਸਾਇੰਟਿਸਟ ਆ ਪਹਿਲਾਂ ਪ੍ਰਾਣੀ ਨੂੰ ਚੀਜ਼ ਨੂੰ ਪਰਖਦਾ ਉਦੇ ਵਿੱਚੋਂ ਨਵੇਂ ਦਾ ਜਨਮ ਕਰਦਾ ਐਵੇਂ ਜਿਦਾਂ ਪੁਰਾਣੇ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਮੇਰੇ ਸਿਸਟਮ ਦੇ ਵਿੱਚ ਬਦਲ ਗਿਆ ਠੀਕ ਹੈ ਜੀ ਤੇ ਜਿਹੜੀ ਆਪਾਂ ਅੱਜ ਵੀਡੀਓ ਚੱਲਦੀ ਆ ਹੈਗੀ ਆ ਤੇ ਪਹਿਲਾਂ ਉਹ 20000 ਦਾ ਸਮਾਂ ਸੀਗਾ ਅੱਜ ਸੀਡੀ ਪਿੰਡ ਡਰਾਈਵ ਸੀਡੀ ਦਾ ਵੀ ਹੁਣ ਖਤਮ ਹੋ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਵੀ ਉਹ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਬਦਲਾਅ ਦਾ ਇਹ ਇੱਕ ਹਿੱਸਾ ਗੱਲ ਬਣਦੀ ਆ ਦੇਖੋ ਉਸ ਵੇਲੇ ਇੱਕ ਕੈਮਰਾ ਹੁੰਦਾ ਸੀ ਉਹਦੇ ਵਿੱਚ ਕੈਸਟ ਪੈਂਦੀ ਸੀਗੀ ਵੀ ਐਚ 100 ਨੂੰ ਉਹਨੂੰ ਬੋਲਦੇ ਸੀਗੇ ਅੱਛਾ ਜੀ ਤੇ ਉਹ 3 ਘੰਟੇ ਦੀ ਇੱਕ ਕੈਸਟ ਹੁੰਦੀ ਸੀਗੀ ਤੇ ਉਹ ਵੀ ਸੀ ਆਰ ਦੇ ਵਿੱਚ ਪਾ ਕੇ ਉਹਨੂੰ ਪਲੇ ਕੀਤਾ ਜਾਂਦਾ ਸੀ ਤੇ 3 ਘੰਟੇ ਦੇ ਵਿੱਚ ਵਿਆਹ ਜਿਹੜਾ ਕੰਪਲੀਟ ਕੀਤਾ ਜਾਂਦਾ ਸੀਗਾ ਤੇ ਔਰ ਕਸਟਮਰ ਦੀ ਉਹਨੇ ਦੇ ਵਿੱਚ ਹੀ ਬੜੀ ਤਸੱਲੀ ਸੀਗੀ ਤੇ ਉਹ ਹੁਣ ਅੱਜ ਕੱਲ ਤੇ ਇਸ ਤਰ੍ਹਾਂ ਹੈਗਾ ਕਿ ਸਾਰਾ ਹੀ ਫੰਕਸ਼ਨ ਨੂੰ ਰਿਕਾਰਡ ਕਰਨ ਲਈ 18 18 19 19 ਘੰਟੇ ਦਾ ਵੀਡੀਓ ਬਣਾ ਦਿੰਦੇ ਆ ਤੇ ਲੋਕ ਉਦੋਂ ਤੇ 20 3 ਘੰਟੇ ਦੀ ਵੀਡੀਓ ਨੂੰ ਬੜੀ ਲਜਜਤ ਦੇ ਨਾਲ ਬੜੀ ਚਾਹਤ ਦੇ ਨਾਲ ਦੇਖਦੇ ਹੁੰਦੇ ਸੀ ਲੇਕਿਨ ਹੁਣ ਜਦੋਂ 18 18 ਘੰਟੇ ਦੀ ਵੀਡੀਓ ਬਣ ਜਾਂਦੀ ਆ ਤੇ ਜਦੋਂ ਅਸੀਂ ਹੁਣ ਲੋਕਾਂ ਨੂੰ ਪੁੱਛਦੇ ਆ ਕਿ ਵੀਡੀਓ ਕਿਵੇਂ ਦਾ ਉਹ ਕਹਿੰਦੇ ਜੀ ਹਲੇ ਅਸੀਂ ਦੋ ਤਿੰਨ ਸੀੜੀਆਂ ਦੇਖੀਆਂ ਹਲੇ ਅਸੀਂ ਦੇਖਣੀਆਂ ਆ ਦਸ ਦਾ ਦਸ ਦਿਨ ਤੱਕ ਇੱਕ ਵੀਡੀਓ ਇਨੀ ਦੇਖ ਹੁੰਦੀ ਕਈਆਂ ਕੋਟ ਨਹੀਂ ਦੋ ਦੋ ਮਹੀਨੇ ਨਹੀਂ ਦੇਖ ਹੁੰਦੀ ਕਿਉਂਕਿ ਟਾਈਮਿੰਗ ਬਹੁਤ ਵੱਧ ਗਿਆ ਆ ਜੀ ਤੇ ਇਹ ਇਹ ਹੈ ਬਦਲਣਾ। ਅੱਛਾ ਪੀਵੀ ਜੀ ਤੁਸੀਂ ਜਦੋਂ ਆਪਣੇ ਫੋਟੋਗ੍ਰਾਫਰ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਕਿਹੜੇ ਸਾਲ ਵਿੱਚ ਕੀਤੀ ਸੀ ਉਸ ਸਮੇਂ ਕਿਹੋ ਜਿਹਾ ਮਾਹੌਲ ਸੀਗੇ ਤੇ ਅੱਜ ਦੇ ਸਮੇਂ ਅੱਜ ਦੇ ਮਾਹੌਲ ਬਾਰੇ ਸਾਡੇ ਦਰਸ਼ਕ ਵੀਰਾਂ ਨੂੰ ਜਰੂਰ ਦੱਸੋ ਕਿ ਉਹਦੋਂ ਕਿੱਦਾਂ ਵੀਡੀਓਗ੍ਰਾਫੀ ਹੁੰਦੀ ਸੀਗੀ। ਦੇਖੋ ਸਾਨੂੰ 1980 ਦੇ ਵਿੱਚ ਇੱਕ ਮੇਰਾ ਦੋਸਤ ਸੀ ਤੇ ਉਹਨਾਂ ਦੀ ਸਿਸਟਰ ਦੀ ਸ਼ਾਦੀ ਕੈਨੇਡਾ ਦੇ ਵਿੱਚ ਹੋਈ ਸੀ। ਅੱਛਾ ਜੀ ਤੇ ਉਹਨਾਂ ਦੇ ਹਸਬੰਦ ਨੇ ਇੱਕ ਛੋਟਾ ਜਿਹਾ ਕੈਮਰਾ ਲੈ ਕੇ ਆਇਆ ਬਾਹਰ ਉਤੋਂ ਕੈਨੇਡਾ ਦੇ ਵਿੱਚੋਂ ਅੱਛਾ ਜੀ ਤੇ ਉਹ ਮੇਰੇ ਦੋਸਤ ਨੇ ਕਿਹਾ ਕਿ ਭਾਈ ਹੁਣੀ ਕੈਮਰਾ ਲੈ ਕੇ ਆਏ ਆ ਆਪਾਂ ਉਹਦੇ ਵਿੱਚ ਰੀਲ ਪਵਾ ਕੇ ਤਾਂ ਆਪਾਂ ਫੋਟੋਆਂ ਖਿੱਚੀਏ ਸਾਨੂੰ ਬੜਾ ਚਾਂਸ ਸੀਗਾ ਠੀਕ ਹੈ ਜੀ ਬਹੁਤ ਹੀ ਚਾਂਸ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਅਸੀਂ ਉਹਦੇ ਵਿੱਚ ਰੀਲ ਪਾਈ ਲੇਕਿਨ ਉਹਦੀ ਕੋਈ ਫੋਟੋ ਹੀ ਨਹੀਂ ਆਈ ਅੱਛਾ ਜੀ ਤੇ ਅਸੀਂ ਇੱਕ ਕਿਸੇ ਜਿਸ ਫੋਟੋਗ੍ਰਾਫਰ ਕੋਲ ਲਗਾਇਆ ਪਿਆ ਸਾਡੀ ਵਿੱਚ 35mm ਦੀ ਉਹਦੇ ਵਿੱਚ ਰੀਲ ਪੈਂਦੀ ਹੁੰਦੀ ਸੀ ਅੱਛਾ ਜੀ ਤੇ ਉਹਨਾਂ ਨੇ ਕਹਿੰਦੇ ਵੀ ਤੁਹਾਡੇ ਕੋਲ ਇਹਦੇ ਵਿੱਚ ਇੱਕ ਇਹਦੇ ਵਿੱਚ ਇੱਕ ਸੈੱਲ ਪੈਂਦਾ ਤੁਸੀਂ ਉਹ ਸੈੱਲ ਨਾ ਪਾਉਣ ਦੀ ਵਜ੍ਹਾ ਨਾਲ ਤੁਹਾਡੀ ਇਹ ਵੀਡੀਓ ਨਹੀਂ ਫੋਟੋ ਨਹੀਂ ਆਈ ਫੋਟੋ ਸੀਗਾ ਵੀਡੀਓ ਨਹੀਂ ਸੀ ਉਹ ਅੱਛਾ ਜੀ ਤੇ ਉਹ ਅਸੀਂ ਜਦੋਂ ਫਿਰ ਅਸੀਂ ਕਿਹਾ ਜੀ ਚਲੋ ਸਾਨੂੰ ਸੈੱਲ ਪਾ ਦਿਓ ਉਹਨਾਂ ਨੇ ਸਾਨੂੰ ਸੈੱਲ ਪਾ ਕੇ ਦਿੱਤਾ ਫਿਰ ਅਸੀਂ ਰੀਲ ਪਾਈ ਫਿਰ ਫੋਟੋਆਂ ਵਿੱਚ ਗਾ ਸੱਟ ਮੇਰਾ ਸ਼ੌਕ ਉਤੋਂ ਹੀ ਬਣਿਆ ਹੈ ਇਹ ਸਾਨੂੰ 1980 ਤੋਂ ਫਿਰ ਮੈਂ ਸ਼ੁਰੂਆਤ ਕਰ ਦਿੱਤੀ ਸੀ ਅੱਛਾ ਜੀ ਇਹ ਮੈਂ ਉਸ ਲਈ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਮੈਂ ਫੋਟੋਗ੍ਰਾਫੀ ਦਾ ਹੀ ਕੰਮ ਕਰਦਾ। ਅੱਛਾ ਜੀ। ਅੱਛਾ ਪੀਵੀਜੀ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹੈਗੀਆਂ। ਇੱਕ ਵੀਡੀਓ ਤੁਹਾਡੀ بڑے بڑے ਫਿਲਮ ਸਟਾਰਾਂ ਤੱਕ ਵੀ ਪੁੱਜੀ ਹੈ। ਉਹਨਾਂ ਨੇ ਵੀ ਤੁਹਾਨੂੰ ਖੋਜ ਕੀਤੀ ਵੀ ਕਿੱਥੇ ਤੁਸੀਂ ਰਹਿੰਦੇ ਹੋ। ਇੱਕ ਦਿਲਜੀਤ ਦੇਸਾਂਝ ਹੋਣਾ ਨੇ ਵੀ ਤੁਹਾਡੀ ਵੀਡੀਓ ਜਿਹੜੀ ਉਹ ਤੁਸੀਂ ਕੀਤੀ ਸੀ ਕੈਮਰਾ ਅੱਗੇ ਪਿੱਛੇ ਕਰਕੇ ਉਹਨੂੰ ਕਾਫੀ ਪ੍ਰਮੋਟ ਕੀਤਾ। ਉਹ ਕਿੱਥੇ ਦਾ ਵਾਕਿਆ ਸੀਗਾ ਸਾਡੇ ਦਰਸ਼ਕ ਵੀਰਾਂ ਨੇ ਜਰੂਰ ਦੱਸਿਓ। ਉਹਰੀ ਉਹ ਘਟਨਾ ਕਿੱਥੇ ਦੀ ਸੀ? ਉਹ ਹਰਪ੍ਰੀਤ ਜੀ ਉਹ ਇੱਕ ਪਿੰਡ ਲਾਲਪੁਰ ਸਈ। ਉਸ ਕਰਕੇ ਮੈਂ ਮੇਲੇ ਦੇ ਵਿੱਚ ਅਕਸਰ ਜਦੋਂ ਮੈਨੂੰ ਮੇਲੇ ਦੀਆਂ ਵੀਡੀਓਜ਼ ਮੈਂ ਬਹੁਤ ਕਰਦਾ ਆ ਜੀ ਤੇ ਮੈਰਿਜਾਂ ਦੀਆਂ ਤਾਂ ਕਰਦੇ ਹੀ ਕਰਦੇ ਆ ਤੇ ਮੇਲਿਆਂ ਦੇ ਵਿੱਚ ਵੀ ਮੈਂ ਵੀਡੀਓ ਸ਼ੂਟ ਕਰਨ ਜਾਂਦਾ ਉਸ ਵੇਲੇ ਉਹ ਮੈਂ ਇੱਕ ਮੇਲੇ ਦੇ ਵਿੱਚ ਮੇਰਾ ਵੀਡੀਓ ਵਾਇਰਲ ਹੋਇਆ ਸੀਗਾ ਇਹ ਉਹ ਜਿਹੜਾ ਕਿ ਕਾਫੀ ਦੁਨੀਆ ਦੇ ਵਿੱਚ ਉਸ ਤਕਨੀਕ ਦਾ ਕਿਸੇ ਨੂੰ ਸਮਝ ਨਹੀਂ ਸੀ ਲੱਗੀ ਪਰ ਜਿਹਨਾਂ ਲੋਕਾਂ ਨੂੰ ਤਾਂ ਸਮਝ ਲੱਗ ਗਈ ਉਹਨਾਂ ਨੇ ਤਾਂ ਉਸ ਸਮਝੇ ਗਏ ਤੇ ਉਹਨਾਂ ਨੇ ਤਾਂ ਬੜੇ ਅੱਛੇ ਕਮੈਂਟ ਕੀਤੇ ਜਿਨਾਂ ਨੂੰ ਨਹੀਂ ਸਮਝ ਲੱਗੀ ਉਹਨਾਂ ਨੇ ਵੀ ਕਮੈਂਟ ਬੜੇ ਹਾਸੋ ਹੀ ਨੇ ਕੀਤੇ ਤੇ ਖੈਰ ਉਹ ਇੱਕ ਕਮੈਂਟਾਂ ਤੋਂ ਸਾਡੇ ਦਰਸ਼ਕਾਂ ਦਾ ਪਿਆਰੇ ਪਿਆਰੇ ਦਰਸ਼ਕ ਸਾਡੇ ਕਮੈਂਟ ਕਰਦੇ ਆ ਆਪਾਂ ਆਪਾਂ ਇਹ ਨਹੀਂ ਕਦੀ ਕਹਿ ਸਕਦੇ ਕਿ ਸਾਨੂੰ ਕਮੈਂਟ ਅੱਛੇ ਨਹੀਂ ਕੀਤੇ ਜੀ ਲੇ ਇਥੋਂ ਪਤਾ ਲੱਗ ਜਾਂਦਾ ਕਿ ਜਿਹੋ ਜਿਹੇ ਇਨਸਾਨ ਦੀ ਏ ਬੁੱਧੀ ਹੁੰਦੀ ਆ ਉਹ ਆਪਣੀ ਬੁੱਧੀ ਦੇ ਮੁਤਾਬਕ ਕਈ ਮਜ਼ਾਕੀਆਂ ਹੁੰਦੇ ਆ ਉਸ ਐਂਗਲ ਨੂੰ ਮਜ਼ਾਕ 'ਚ ਹੀ ਗਿਣਿਆ ਗਿਆ ਕਈਆਂ ਨੇ ਉਹ ਬੜਾ ਸੂਝਵਾਨੀ ਨੇ ਕਿਣਿਆ ਕਿ ਆ ਜਿਹੜੇ ਇੰਜੀਨੀਅਰ ਸੀ ਜਿਹੜੇ ਟੈਕਨੀਕ ਨੂੰ ਸਮਝਦੇ ਸੀ ਉਹਨਾਂ ਨੇ ਬੜੀ ਡੰਗਾਈ ਤੋਂ ਲਿਆ ਹੁਣ ਬਾਲੀਵੁੱਡ ਤੱਕ ਹਾਲੀਵੁੱਡ ਤੱਕ ਮੈਨੂੰ ਬੜੇ ਮੈਸੇਜ ਆਏ ਬੜੇ ਲੋਕਾਂ ਨੇ ਮੈਨੂੰ ਇਸ ਗੱਲ ਬਾਰੇ ਪੁੱਛਿਆ ਬੜਾ ਮੈਨੂੰ ਉਹਨਾਂ ਨੇ ਪਿਆਰ ਕੀਤਾ ਕਿ ਤੂੰ ਇਹ ਜਿਹੜੀ ਟੈਕਨੀਕ ਕੀਤੀ ਆ ਆਹ ਕੀਤੀ ਆ ਲੇਕਿਨ ਜਿਹੜੇ ਕਈ ਮਜ਼ਾਕਾਂ ਵੀ ਕਰਦੇ ਸੀ ਕੋਈ ਕਹਿੰਦੇ ਰੰਦੇ ਵਾਂਗੂ ਕੈਮਰਾ ਚੁਣੋ ਨਾ ਨੈਟਿਵ ਬੋਲ ਤੇ ਦੁਨੀਆ ਤੇ ਚੱਲਦਾ ਹੀ ਆ ਪਰ ਇੱਕ ਗੱਲ ਮਜ਼ਾ ਆਉਂਦਾ ਦੋਨਾਂ ਦੋਨਾਂ ਨੇ ਮਜ਼ਾ ਆਉਂਦਾ ਜਿਹੜੇ ਕਮੈਂਟ ਉਹਦਾਂ ਦੇ ਕਰਦੇ ਉਹਨਾਂ ਵਾਲ ਵੀ ਹਾਸਾ ਜਦੋਂ ਵੀ ਕੋਈ ਕੰਮ ਦੀ ਸ਼ੁਰੂਆਤ ਕਰਦਾ ਨਾ ਉਹਦਾ ਵਿਰੋਧ ਹੁੰਦਾ ਅਕਸਰ ਜੇਕਰ ਸਾਡੇ ਕੰਮ ਦਾ ਕੋਈ ਵਿਰੋਧ ਨਾ ਹੋਵੇ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੀ ਟੈਕਨੋਲੋਜੀ ਕਿੱਥੇ ਤੱਕ ਪਹੁੰਚ ਗਈ ਹੈ ਫਿਰ ਇਸੇ ਤਰ੍ਹਾਂ ਅੱਛਾ ਪੀਵੀਜੀ ਆਪਾਂ ਤੁਹਾਨੂੰ ਪੁੱਛਣਾ ਚਾਉਂਨੇ ਹੈਗੇ ਆ ਕਿ ਜਦੋਂ ਉਹ ਤੁਹਾਡੀ ਵੀਡੀਓ ਵਾਇਰਲ ਹੋਈ بڑے بڑے ਚੈਨਲਾਂ ਨੇ ਚਲਾਈ ਤੁਹਾਨੂੰ ਕੀ ਪਤਾ ਸੀਗਾ ਕਿ ਵੱਖ-ਵੱਖ ਚੈਨਲਾਂ 'ਤੇ ਚੱਲਦੀ ਆ ਜਾਂ ਕਿ ਜਾਂ ਤੁਹਾਨੂੰ ਲੋਕਾਂ ਨੂੰ ਦਿਸਕੇ ਪੀਵੀਜੀ ਤੁਹਾਡੀ ਉਹ ਵੀਡੀਓ ਵੱਖ-ਵੱਖ ਚੈਨਲਾਂ 'ਤੇ ਚੱਲਦੀ ਪਈ ਆ ਜਾਂ ਵੀਡੀਓ ਵਾਇਰਲ ਹੋ ਰਹੀ ਹੈਗੀ ਵੀਡੀਓ ਸੀ ਸ਼ਾਮ ਨੂੰ ਕਰੀਬਨ ਦਿਨ ਦਾ ਫੰਕਸ਼ਨ ਤੋਂ ਬਾਅਦ ਜਦੋਂ ਸ਼ਾਮ ਨੂੰ ਆਹੀ ਆਪਣੇ ਘਰ ਆਣ ਕੇ ਮੈਂ ਸੌਂ ਗਿਆ ਅੱਛਾ ਜੀ ਸਵੇਰੇ 7 6 7 ਵਜੇ ਮੈਨੂੰ ਪਹਿਲਾ ਫੋਨ ਅਮਰੀਕਾ ਤੋਂ ਆਇਆ ਸੀਗਾ ਅੱਛਾ ਜੀ ਕਿਸੇ ਸੱਜਣ ਮਿੱਤਰ ਦਾ ਅੱਛਾ ਜੀ ਉਹ ਜਿਹੜੇ ਕੋਈ ਸਾਡੇ ਮੈਨੂੰ ਮੇਰੇ ਜਾਣਦੇ ਪਛਾਣਦੇ ਦਾ ਕਿਸੇ ਦਾ ਆਇਆ ਜਿਹੜਾ ਉਹ ਬਾਹਰ ਤੇ ਰਹਿੰਦੇ ਸੀ ਉਹ ਮੈਨੂੰ ਜਾਣਦੇ ਸੀ ਅੱਛਾ ਜੀ ਉਹ ਕਹਿੰਦੇ ਜੀ ਤੁਹਾਡੀ ਇੱਕ ਵੀਡੀਓ ਬੜੀ ਇੱਥੇ ਸਾਡੇ ਚੱਲਣ ਲਈ ਆ ਕੱਲੇ-ਕੱਲੇ ਮੋਬਾਈਲ ਦੇ ਵਿੱਚ ਲੋਕੀ ਦੇਖਦੇ ਤੁਸੀਂ ਕੈਮਰਾ ਅੱਗੇ ਇਸ ਤਰ੍ਹਾਂ ਇਸ ਤਰ੍ਹਾਂ ਚਲਾ ਰਹੇ ਆ ਤੇ ਕਹਿੰਦਾ ਬੜੀ ਚੱਲ ਰਹੀ ਆ ਤੇ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਦੱਸਿਆ ਫਿਰ ਹੌਲੀ-ਹੌਲੀ ਜਿੱਦਾਂ ਜਿੱਦਾਂ ਸਮਾਂ 9 10 ਵਜੇ ਤੱਕ ਤਾਂ ਹਨੇਰੀ ਚੜ ਗਿਆ ਮੈਨੂੰ ਫੋਨਾਂ ਦਾ ਮੈਂ ਤਾਂ ਵੀ ਆਪਣੇ ਇਧਰੋਂ ਪੰਜਾਬ ਚੋਂ ਇੰਡੀਆ ਦੇ ਵਿੱਚੋਂ ਵੀ ਤੇ ਬਾਹਰਲੇ ਦੇਸ਼ਾਂ ਤੋਂ ਹੋਰਨਾਂ ਤੋਂ ਵੀ ਆਉਣ ਲੱਗ ਪਏ ਫੋਨ ਜਿਹੜੇ ਸੱਜਣ ਮਿੱਤਰ ਮੈਨੂੰ ਜਾਣਦੇ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਗਈ ਵੀਡੀਓ ਬਹੁਤ ਵਾਇਰਲ ਹੋ ਗਈ ਤਿੰਨ ਚਾਰ ਦਿਨ ਤੱਕ ਤਾਂ ਲੋਕਾਂ ਨੇ ਬਿਲਕੁਲ ਤੂਫਾਨ ਬਣਾਤਾ ਇਸ ਕਾਲ ਅੱਛਾ ਜੀ ਇਵੇਂ ਹੀ ਹੋਈ ਸੀ ਅੱਛਾ ਜੀ ਉਹ ਵਾਲੀ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹ ਤੁਹਾਡੇ ਕਿਸੇ ਜਿਹੜੇ ਤੁਹਾਡੇ ਨਾਲ ਕੰਮਕਾਰ ਕਰਦੇ ਆ ਕੈਮਰੇ ਤੁਹਾਡੀ ਟੀਮ ਚੋਂ ਕਿਸੇ ਨੇ ਬਣਾ ਕੇ ਵਾਇਰਲ ਕੀਤੀ ਸੀ ਜਾਂ ਉਸ ਪ੍ਰੋਗਰਾਮ ਦੇ ਵਿੱਚੋਂ ਜਦੋਂ ਤੁਸੀਂ ਕੈਮਰਾ ਅੱਗੇ ਪਿੱਛੇ ਕਰਦੇ ਸੀਗੇ ਜਾਂ ਕਿਸੇ ਉਸ ਪ੍ਰੋਗਰਾਮ ਦੇ ਵਿੱਚੋਂ ਕਿਸੇ ਹੋਰ ਸੈਕਸ਼ਨ ਨੇ ਬਣਾ ਕੇ ਵਾਇਰਲ ਕੀਤੀ ਸੀ ਅ ਉਹ ਇਸ ਤਰ੍ਹਾਂ ਸੀਗੀ ਕਿ ਜਦੋਂ ਮੈਂ ਵੀਡੀਓ ਬਣਾਉਣਾ ਸੀ ਇਹਦਾ ਕਾਰਨ ਇਹ ਕਿ ਬਜਟ ਘਟਸਦਾ ਸੀਗਾ ਜੀ ਸਾਡੇ ਮੇਲੇ ਵਾਲਿਆਂ ਕੋਲ ਕਿਸੇ ਵੇਲੇ ਬਜਟ ਘਟ ਹੋਣਾ ਤੇ ਉੱਥੇ ਡਰੋਨ ਉਦੋਂ ਨਹੀਂ ਹੁੰਦੇ ਸੀ ਘਟ ਸੀ ਸੀ ਇਹ ਜਰੂਰ ਟੈਕਨੀਕ ਆ ਗਈ ਸੀ ਲੇਕਿਨ ਘੱਟ ਸੀ ਗਿੰਬਲ ਵੀ ਲੋਕੀ ਘੱਟ ਵਰਤਦੇ ਸੀ ਤੇ ਇਸ ਤਰ੍ਹਾਂ ਦੇ ਸ਼ਾਟ ਜਿਹੜੇ ਮੈਂ ਲੈਣਾ ਸੀ ਮੈਂ ਗਿੰਬਲ ਦੇ ਤਰ੍ਹਾਂ ਹੀ ਲੈਂਦਾ ਸੀ ਮੇਰਾ ਐਕਸਪੀਰੀਅੰਸ ਇਨਾ ਹੋ ਗਿਆ ਸੀਗਾ ਇਸ ਮੈਂ ਇੱਕ ਵਰਕ ਕਰ ਕਰਕੇ ਕਿ ਮੈਂ ਮੇਰਾ ਕੈਮਰਾ ਕਦੀ ਜਰਕਨ ਸੀ ਲੈਂਦਾ ਤੇ ਨਾ ਕਦੀ ਜਿਸ ਜਿਸ ਦੇ ਉੱਤੇ ਮੈਂ ਕੈਮਰਾ ਪਰਫਾਰਮਰ ਤੇ ਲਾਇਆ ਹੁੰਦਾ ਸੀ ਉਹ ਫਰੇਮ ਚੋਂ ਬਾਹਰ ਜਾਂਦਾ ਸੀਗਾ ਅੱਛਾ ਜੀ ਤੇ ਤੇ ਯਾਰ ਬਾਈ ਇੰਨਾ ਕੋ ਹੋ ਗਿਆ ਕਜਰ ਬਾਈ ਇਹ ਇੰਨਾ ਹੋ ਗਿਆ ਸੀਗਾ ਸੋ ਇਸ ਕਰਕੇ ਮੈਂ ਜਦੋਂ ਇਹ ਵਰਕ ਆਪਣਾ ਕਰਦਾ ਹੁੰਦਾ ਸੀ ਤਾਂ ਲੋਕ ਮੇਰੀਆਂ ਵੀਡੀਓ ਬਣਾਉਂਦੇ ਰਹਿੰਦੇ ਸੀਗੇ ਪਰ ਉਦੋਂ ਅਚਾਨਕ ਕਿਸੇ ਨੇ ਇਹ ਵੀਡੀਓ ਪਹਿਲਾਂ ਟਿਕਟੌਕ ਤੇ ਚਲਾਈ ਅੱਛਾ ਉਸ ਟਾਈਮ ਟਿਕਟੌਕ ਚੱਲਦਾ ਸੀ ਹਾਂ ਉਦੋਂ ਚੱਲਦਾ ਸੀ 7 ਵਜੇ ਉਹਨੇ ਟਿਕਟੌਕ ਤੇ ਚਲਾਤੀ ਅੱਛਾ ਜੀ ਤੇ ਰਾਤ ਨੂੰ 10 11 ਵਜੇ ਤੱਕ ਜੰਗਲ ਦੀ ਅੱਗ ਵਾਂਗੂ ਸਾਰੇ ਫੈਲ ਗਏ ਠੀਕ ਹੈ ਠੀਕ ਹੈ ਤੇ ਆਪਾਂ ਤੁਹਾਨੂੰ ਹੋਰ ਪੁੱਛਣਾ ਚਾਹੁੰਨੇ ਹੈਗੇ ਆ ਕਿ ਉਹ ਕਿਹੜੇ ਸਨ ਦੀ ਗੱਲਬਾਤ ਹੈਗੀ ਹੈ ਇਹ ਇਹ ਸਨ 1900 ਸੌਰੀ 18 2018 ਦੀ ਜਨਨ ਕਿ 2018 20 ਦੇ ਆਸ-ਪਾਸ ਦੀ ਵੀਡੀਓ ਜਦੋਂ ਇਹ ਵਾਇਰਲ ਹੋ ਗਈ ਹਾਂਜੀ 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 ਤੇ ਫਿਰ ਜਦੋਂ ਤੁਸੀਂ ਕਿਤੇ ਨੰਗਦੇ ਵੜਦੇ ਸੀ ਪਿੰਡ ਦੇ ਵਿੱਚ ਤੇ ਲੋਕੀ ਤੁਹਾਨੂੰ ਦੇਖ ਕੇ ਹੱਸਦੇ ਸੀਗੇ ਜਾਂ ਤੁਹਾਨੂੰ ਦੱਸਦੇ ਸੀਗੇ ਕਿ ਪੀ ਵੀ ਤੁਹਾਡੇ ਵੀਡੀਓ ਦਾ ਇਦਾਂ ਕਰਨ ਦਾ ਕੀ ਰਾਜ ਆ ਜਾਂ ਕੀ ਦਾ ਇਹ ਇਮੇਜ ਦਾ ਕੋਈ ਬੱਚਿਆ ਇਥੋਂ ਤੱਕ ਕਿ ਵੀਡੀਓ ਫਿਰ ਲੋਕੀ ਆਪਣੀਆਂ ਆਪਣੀਆਂ ਮਜ਼ਾਕੀ ਤੌਰ ਦੇ ਵਿੱਚ ਵੀ ਬਣਾ ਕੇ ਪਾਉਣ ਲੱਗ ਪਏ ਸੀ ਨਿਆਣਿਆਂ ਨੇ ਕੈਮਰਾ ਲੈ ਕੇ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਹੈ ਘਮੋਣਾ ਕੈਮਰਾ ਤੇ ਇਦਾਂ ਦੀਆਂ ਵੀਡੀਓ ਤਾਂ ਫਿਰ ਆਉਣ ਲੱਗ ਪਈਆਂ ਸੀ ਅੱਛਾ ਤੁਸੀਂ ਸਾਡੇ ਨਾਲ ਆਫ ਕੈਮਰਾ ਆਪਾਂ ਗੱਲ ਵੀ ਹੋਈ ਸੀਗੀ ਕਿ ਪੰਜਾਬ ਦੇ ਵਿੱਚ ਪਹਿਲੀ ਪ੍ਰੀ ਵੈਡਿੰਗ ਕਰਨ ਵਾਲੇ ਵੀ ਤੁਸੀਂ ਉਹ ਆਈਡੀਆ ਸਾਡੇ ਦਿਮਾਗ 'ਚ ਕਿਵੇਂ ਆਇਆ ਹੂੰ ਇਹ ਜੀ ਸਨ 1987 ਦੇ ਵਿੱਚ ਨਾ ਪ੍ਰੀ ਵੈਡਿੰਗਾਂ ਸ਼ੁਰੂ ਕੀਤੀਆਂ ਸੀ ਅੱਛਾ ਜੀ ਜਦ ਕਿ ਜਿਹੜਾ ਅਸਲੀ ਪ੍ਰੀ ਵੈਡਿੰਗਾਂ ਦਾ ਜਦੋਂ ਹੋਣ ਦਾ ਦੌਰ ਆਇਆ ਨਾ ਇਹ ਕੋਈ 12 13 ਦੇ ਕਰੀਬ ਜਿਆਦਾ ਵੱਧ ਗਈ ਹੈ ਕਰਨ ਇਹ ਚੱਲਣਾ ਸ਼ੁਰੂ ਹੋਇਆ ਤੇ ਆਖਰ ਜ਼ੋਰ ਫੜਦਾ ਫੜਦਾ ਫੜ ਗਿਆ ਠੀਕ ਹੈ ਜੀ ਸਾਡੇ ਜ਼ਮਾਨੇ ਦੀ ਪ੍ਰੀ ਵੈਡਿੰਗਾਂ ਦੇ ਵਿੱਚ ਤੇ ਅੱਜ ਕੱਲ੍ਹ ਦੀਆਂ ਪ੍ਰੀ ਵੈਡਿੰਗਾਂ 'ਚ ਬਹੁਤ ਫਰਕ ਆ ਮੈਂ ਜਿਸ ਸਮੇਂ ਪ੍ਰੀ ਵੈਡਿੰਗਾਂ ਸ਼ੁਰੂ ਕੀਤੀਆਂ ਮੈਂ ਉਸ ਵੇਲੇ ਸਾਨੂੰ ਕਿਸੇ ਨੂੰ ਵੀ ਇਜਾਜ਼ਤ ਨਹੀਂ ਸੀ ਲੋਕ ਦਿੰਦੇ ਅੱਛਾ ਵੀ ਤੁਸੀਂ ਇਹ ਨਾ ਕਰੋ ਕਿ ਤੁਸੀਂ ਲੜਕਾ ਲੜਕੀ ਨੂੰ ਬਾਹਰ ਲੈ ਜਾਓ ਲੋਕੀ ਤਾਂ ਉਸ ਵੇਲੇ ਜਿੱਦਾਂ ਹੀ ਮਾਈਆਂ ਲੱਗ ਜਾਂਦਾ ਸੀਗਾ ਜਾਂ ਇਹ ਉਹਦਾ ਤਰੀਕ ਰੱਖ ਦਿੱਤੀ ਜਾਂਦੀ ਸੀ ਬੱਚਾ ਬੱਚੀ ਨੂੰ ਜੋ ਵੀ ਲਾੜਾ ਲੜੀ ਆ ਉਹਨੂੰ ਘਰੋਂ ਬਾਹਰ ਜਾਣ ਦਾ ਆਰਡਰ ਨਹੀਂ ਸੀ ਉਹ ਜਿਹੜਾ ਕਹਿੰਦੇ ਹੁੰਦੇ ਸਾਹ ਭਾਰੀ ਕੁਛ ਹੁੰਦਾ ਹਾਂਜੀ ਹਾਂਜੀ ਸਾਹਿਬ ਵੱਧ ਬੰਨ ਕੇ ਦਿੱਤਾ ਜਦੋਂ ਤਰੀਕ ਵੱਜ ਗਈ ਜਦੋਂ ਕਹਿੰਦੇ ਸੀਗੇ ਤੇ ਉਸ ਵੇਲੇ ਸਾਡੇ ਜਮਾਨੇ 'ਚ ਨਾ ਉਸ ਵੇਲੇ ਕੋਈ ਇੰਨਾ ਚੰਗਾ ਸਮਝਦਾ ਹੁੰਦਾ ਸੀਗਾ ਤੇ ਫਿਰ ਮੈਂ ਉਸ ਵੇਲੇ ਇੱਕ ਚੀਜ਼ ਬਣਾਈ ਸੀ ਉਹਨੂੰ ਖਾਵ ਖਾਬ ਬਣਾਏ ਖਾਬ ਕੀ ਬਣਾਏ ਕਿ ਲੜਕਾ ਆਪਣੀ ਆਉਣ ਵਾਲੀ ਬਹੂ ਦੇ ਪਿਆਰ ਦੇ ਵਿੱਚ ਕਿਹੋ ਜਿਹਾ ਖਾਬ ਲੈ ਰਿਹਾ ਵੀ ਉਹ ਆਊਗੀ ਘਰ ਕਿਵੇਂ ਆਊਗਾ ਮੇਰੇ ਘਰ ਦਾ ਮਾਹੌਲ ਮੈਂ ਉਹਨੂੰ ਘਰ ਬੈਠੇ ਤੇ ਉਹਦੇ ਸਾਰੇ ਵਿਚਾਰ ਜਿਹੜੇ ਆ ਇੱਕ ਗਾਣੇ ਦੇ ਦੁਆਰਾ ਕਰਦਾ ਤੇ ਲੋਕ ਮੈਨੂੰ ਬਹੁਤ ਪਸੰਦ ਕਰਦੇ ਸੀਗੇ ਇਸ ਗੱਲ ਤੇ ਇਵੇਂ ਹੀ ਹੋਈ ਸੀ ਇੱਕ ਵਾਕਿਆ ਹੋਰ ਅੱਗੇ ਥੋੜਾ ਜਿਹਾ ਸਮਾਂ ਚੱਲਿਆ ਫੇ ਮੈਂ ਲੜਕੀ ਦੇ ਖਾਬ ਬਣਾਉਣੇ ਬਰੋਨ ਲੱਗਿਆ ਮੈਂ ਲੜਕੀ ਕਿਵੇਂ ਦੇਖਦੀ ਹਾਂ ਹਾਂ ਦੱਸ ਕਿਹੜੇ ਦਿਨ ਆਉ ਸਾਡਾ ਢੋਲ ਵੇ ਤੈਨੂੰ ਕੁੱਟ-ਕੁੱਟ ਚੂਰੀਆਂ ਪਾਵਾਂ ਉਹ ਕੋ ਇਵੇਂ ਦੇ ਐਕਸ਼ਨ ਕਰਾ ਲੈਣੇ ਅੱਜ ਕੱਲ ਤੇ ਆਮ ਹੋ ਗਿਆ ਅੱਜ ਕੱਲ ਤੇ ਘਰ ਵਾਲੇ ਪੇਰੈਂਟ ਕਹਿੰਦੇ ਵੀ ਸਾਡੇ ਪ੍ਰੀ-ਵੈਡਿੰਗ ਬੱਚਿਆਂ ਦੀ ਬਣਾ ਕੇ ਤੋ ਤੇ ਜੇ ਇਸ ਟਾਈਮ ਤੇ ਤੁਸੀਂ ਪ੍ਰੀ-ਵੈਡਿੰਗ ਸਟਾਰਟ ਕੀਤੀ ਸੀਗੀ ਉਸ ਟਾਈਮ ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਆਈਆਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੇ ਮੁਤਾਬਕ ਪਿਛਲੇ ਸਮੇਂ ਦੀ ਗੱਲ ਹੈ ਪਿਛਲੇ ਸਮੇਂ ਦੀ ਜਦੋਂ ਇੱਕ ਗਾਣਾ ਆਇਆ ਸੀਗਾ ਆਪਣੇ ਬਲਕਾਰ ਭਾਜੀ ਦਾ ਗਾਣਾ ਆਇਆ ਸੀਗਾ ਅੱਛਾ ਜੀ ਮੈਨੂੰ ਲੱਗਦਾ ਇੱਕ ਗਾਣਾ ਸੀ ਮੈਨੂੰ ਸਿੰਗਰ ਦਾ ਹੁਣ ਨਾ ਨਹੀਂ ਜਾਂ ਕੋਈ ਗੱਲ ਨਹੀਂ ਬਲਕਾਰ ਸਿੱਧੂ ਸੀਗਾ ਮੇਰਾ ਕੱਲ ਜਿਹਨਾਂ ਨੇ ਗਾਣਾ ਗਾਇਆ ਸੀਗਾ ਉਹਨਾਂ ਨੇ ਗਾਣਾ ਗਾਇਆ ਸੀਗਾ ਸਾਹਮਣੇ ਚਵਾਰੇ ਵਾਲੀ bari ਹਾਂਜੀ ਹਾਂਜੀ ਬਲਕਾਰ ਸਿੱਧੂ ਬਲਕਾਰ ਸਿੱਧੂ ਕਦੇ ਅੱਧੀ ਖੁੱਲੇ ਕਦੇ ਸਾਰੀ ਉਹਨਾਂ ਭਾਜੀ ਦਾ ਗਾਣਾ ਸੀ ਇਹੋ ਇਹ ਸਾਹਮਣੇ ਚਵਾਰੇ ਵਾਲੀ bari ਕਦੀ ਅੱਧੀ ਖੁੱਲੇ ਕਦੀ ਸਾਰੀ ਮੈਂ ਕੀ ਕੀਤਾ ਹੁੰਦਾ ਸੀ ਮੈਂ ਇੱਕ ਬਹੁਤ ساری ਪ੍ਰੋਪਰਟੀ ਮੈਂ ਆਪ ਬਣਾ ਕੇ ਬੈਗ ਦੇ ਵਿੱਚ ਰੱਖ ਕੇ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਅੱਛਾ ਜੀ ਇੱਕ ਪਰਦਾ ਬਣਾਇਆ ਹੁੰਦਾ ਸੀਗਾ ਤੇ ਇਹ ਕਿੱਥੇ ਗਾਣੇ ਦੀ ਮੈਂ ਐਂਟਰੀ ਪਾਉਣਾ ਹੁੰਦਾ ਸੀ ਵੀ ਹੌਲੀ ਹੌਲੀ ਘਰ ਚੋਂ ਮੈਂ ਬਾਹਰ ਆਣਾ ਅੱਛਾ ਜੀ ਲੇਕਿਨ ਲੜਕੀ ਲੜਕੀ ਨੂੰ ਮੈਂ ਪਰੇਸ਼ਾਨੀ ਨਹੀਂ ਕੀਤਾ ਜਾਂ ਪੇਰੈਂਟ ਨੂੰ ਮੈਂ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਤੁਹਾਡੇ ਬੱਚਿਆਂ ਦਾ ਕੋਈ ਸੌਂਗ ਤਿਆਰ ਕਰ ਰਿਹਾ ਹਾਂ ਉਸ ਵੇਲੇ ਉਹਨਾਂ ਨੂੰ ਕੁਝ ਨਹੀਂ ਸਮਝ ਲੱਗਦੀ ਤੇ ਫਿਰ ਜਿਹੜੇ ਉਹਨਾਂ ਦੇ ਸੀਨ ਲੈਂਦੇ ਸੀ ਉਹਨਾਂ ਦੇ ਘਰ 'ਚ ਹੀ ਲੈਂਦੇ ਸੀ ਹਾਂ ਘਰ 'ਚ ਉਸੇ ਵੀਲੇ ਉਸੇ ਦਹਿਰੇ ਦੇ ਵਿੱਚ ਪਰ ਲੇਕਿਨ ਇੱਕ ਗਾਣਾ ਬਹੁਤ ਵਧੀਆ ਬਣਦਾ ਸੀ ਤੇ ਉਹ ਗਾਣਾ ਸੀ ਸਾਹਮਣੇ ਚ ਬਾਰੇ ਵਾਲੀ ਬਾਰੀ ਕਦੀ ਅੱਧੀ ਖੁੱਲੇ ਕਦੀ ਸਾਰੀ ਇਹ ਕਿੱਥੇ ਲਗਾਇਆ ਜਾਂਦਾ ਸੀ ਗਾਣਾ ਕਦੋਂ ਮੈਂ ਜਦੋਂ ਲਾੜਾ ਤਿਆਰ ਹੋ ਕੇ ਐਂਟਰੀ ਆਪਣੇ ਪੈਲਸ ਦੇ ਵਿੱਚ ਪਾਉਂਦਾ ਸੀ ਆਪਣੀ ਗੱਡੀ ਦੇ ਵਿੱਚੋਂ ਉਤਰਦਾ ਸੀ ਉਹਨੂੰ ਮੈਂ ਪਹਿਲਾਂ ਕਿਹਾ ਜਾਂਦਾ ਸੀ ਤੁਸੀਂ ਭਾਜੀ ਇਸ ਤਰ੍ਹਾਂ ਉਹ ਅਲਮਾਰੀ ਵੱਲ ਦੇਖੋ ਅੱਛਾ ਤਾਂ ਉਹ ਇਸ ਤਰ੍ਹਾਂ ਦੇਖਦੀ ਸੀ ਮੈਂ ਕਹਿੰਦਾ ਤੁਸੀਂ ਬਾਏ ਕਰੋ ਉਹਨਾਂ ਨੇ ਬਾਏ ਕਰਨਾ ਤੇ ਉਹਨਾਂ ਨੇ ਫਲਾਈਂਕਿਸ ਮਾਰਨੀ ਨਹੀਂ ਕਿਵੇਂ ਇਹੋ ਜੇ ਐਕਸ਼ਨ ਕਰਾਉਣੇ ਜਿਹੜੇ ਉਹਦੇ ਨਾਲ ਟੱਚ ਹੋ ਜਾਣ ਜਿਹੜੇ ਉਹ ਗਾਣੇ ਦੇ ਬੋਲਾਂ ਦੇ ਨਾਲ ਮੈਚ ਹੋਣ ਤੇ ਉਹ ਫਿਰ ਉਧਰੋਂ ਲੜਕੀ ਲੜਕੀ ਕੋਲੋਂ ਇਸ ਤਰ੍ਹਾਂ ਕਰਾਉਣਾ ਕਿ ਉਹ ਪਰਦਾ ਮੈਂ ਇਸ ਤਰ੍ਹਾਂ ਕਰਾਇਆ ਹੁੰਦਾ ਸੀ ਲੜਕੀ ਨੇ ਆਸਤੇ ਹਾਸਤੇ ਹਾਂ ਪਰਦਾ ਖੋਲਣਾ ਜੀ ਉਹਦੇ ਵਿੱਚ ਦੀ ਝਾਂਕ ਕਰਨੀ ਲੜਕੀ ਨੇ ਸੰਗ ਦੀ ਸੰਗ ਦੀ ਨੇ ਅਟਾ ਬਾਇ ਕਰਨਾ ਉਹਨੇ ਆਸਤੇ ਹਾਸਤੇ ਇੱਕ ਅੱਖ ਨਾ ਦੇਖ ਕੇ ਪਰਦਾ ਬੰਦ ਕਰਨਾ ਫਿਰ ਖੋਲਣਾ ਫਿਰ ਕਦੀ ਉਹਨੇ ਇਹਦਾ ਪੂਰਾ ਖੋਲ ਲੈਣਾ ਕਿਉਂ ਕਿ ਗੱ ਕਦੇ ਉਹ ਸਾਹਮਣੇ ਚਵਾਰੇ ਵਾਲੀ ਬਾਰੀ ਕਦੀ ਅੱਦੇ ਉਹ ਇੱਕ ਨੋਕ ਚੋਕ ਨੋਕ ਚੋਕ ਕਾ ਲਾੜਾ ਲਾੜੀ ਦੀ ਮੈਂ ਦਿਖਾ ਲਦਾ ਸੀ ਲੋਕ ਆਉਂਦੇ ਆਉਂਦੇ ਜਦੋਂ ਐਂਟਰੀ ਹੁੰਦੀ ਆ ਸਾਰੀ ਬਰਾਤ ਉੱਤਰਦੀ ਆ ਬੈਂਡ ਵੱਜਦਾ ਆ ਲੋਕੀ ਕੋਈ ਪੈਲਸ ਵੱਲ ਦੇਖਦਾ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਦੇਖਦਾ ਕਿ ਸਾਡੇ ਖਾਣ ਪੀਣ ਦਾ ਇੰਤਜ਼ਾਮ ਅੱਜ ਕਿਹੋ ਜਿਹਾ ਲੇਕਿਨ ਲਾੜਾ ਲਾੜੀ ਦੀ ਅੰਦਰੋਂ ਨੋਕ ਝੋਕ ਮੈਂ ਇਵੇਂ ਦਿਖਾ ਲਈ ਹੁੰਦੀ ਵੀਡੀਓ ਵਿੱਚ ਵੀਡੀਓ ਵਿੱਚ ਤੁਸੀਂ ਫਿਲਮਾਂਕਣ ਕਰ ਦਿੰਦੇ ਹੋ ਫਿਰ ਵੀ ਦੇਖੋ ਲੋਕ ਉਦੋਂ ਕਿੰਨੀਆਂ ਸ਼ਰਮਾਂ ਸੀਗੀਆਂ ਇਸ ਗੱਲਾਂ ਦੀ ਮੈਂ ਇੱਕ ਵਾਰੀ ਜਦੋਂ ਇੱਕ ਇੱਕ ਮੈਰਿਜ ਦੇ ਵਿੱਚ ਇਸ ਤਰ੍ਹਾਂ ਗਾਣਾ ਬਣਾ ਕੇ ਦਿੱਤਾ ਉਹ ਬੰਦਾ ਦੂਸਰੇ ਦਿਨ ਮੇਰੇ ਕੋਲ ਜਦੋਂ ਉਹ ਫਿਲਮ ਗਈ ਉਹਨਾਂ ਦੇ ਘਰ ਉਹ ਵਾਪਸ ਆ ਗਿਆ ਮੇਰੇ ਕੋਲ ਅੱਛਾ ਜੀ ਮੈਨੂੰ ਕਹਿੰਦਾ ਉਹ ਲਾੜਾ ਕਹਿੰਦਾ ਕਹਿੰਦਾ ਪਾਜੀ ਇੱਕ ਤੁਸੀਂ ਕਹਿੰਦਾ ਗਾਣਾ ਬਣਾਇਆ ਸਾਹਮਣੇ ਚ ਬਰੇ ਵਾਲੀ ਬਾਰੀ ਅੱਧੀ ਕੁਲੇ ਕਹਿੰਦਾ ਮੇਰੇ ਘਰ ਵਾਲੀ ਮੈਨੂੰ ਇਸ਼ਾਰੇ ਕਰਦੀ ਮੈਂ ਕਹਿੰਦਾ ਮੈਨੂੰ ਘਰ ਦੇ ਵਿੱਚ ਬਹੁਤ ਸ਼ਰਮ ਆਉਂਦੀ ਆ ਉਹ ਕੱਟ ਦੋ ਕਹਿੰਦਾ ਉਹ ਸਮਝਦਾ ਤੇਰੀ ਘਰ ਵਾਲੀ ਆ ਤੂੰ ਉਹਦੇ ਘਰ ਵਾਲਾ ਤੁਸੀਂ ਆਪਸ ਵਿੱਚ ਮੈਂ ਕਿਹਾ ਉਸ ਵੇਲੇ ਐਂਟਰੀ ਹੋਈ ਉਹ ਤੇ ਰੀਅਲ ਦੇਖਦੀ ਤੂੰ ਦੇਖਦੀ ਫੇਰ ਕੀ ਹੋਇਆ ਮੈਂ ਕਹਿੰਦਾ ਹੁੰਦਾ ਹੀ ਆ ਵੀ ਮੇਰਾ ਪ੍ਰੋਣਾ ਕਿਹੋ ਜਿਹਾ ਮੇਰਾ ਹਸਬੰਡ ਕਿਹੋ ਜਿਹਾ ਤੈਨੂੰ ਆਪਣੇ ਦੇਖਣ ਦਾ ਕਦੀ ਉਹਨੇ ਸਿਰ ਚੁੱਕਿਆ ਇਸ ਤਰ੍ਹਾਂ ਦੇਖਣਾ ਇਵੇਂ ਇਹੋ ਜਿਹਾ ਸੀਨ ਲੈ ਹੁੰਦੇ ਸੀਗੇ ਸੋ ਮੈਨੂੰ ਕਹਿੰਦਾ ਕੱਟ ਦੋ ਇੰਨਾ ਇੰਨਾ ਹਾਰਡ ਉਹਨਾਂ ਦੇ ਬ੍ਰੇਨ ਦੇ ਉੱਤੇ ਅਸਰ ਇਹ ਗਾਣਿਆਂ ਦਾ ਹੁੰਦਾ ਸੀਗਾ ਉਸ ਜਮਾਨੇ ਦੇ ਵਿੱਚ ਔਰ ਪਹਿਲਾਂ ਦਾ ਸਮਾਂ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੋ ਗਿਆ ਤੇ ਜਿਹੜੀ ਤੁਸੀਂ ਪਹਿਲਾਂ ਪ੍ਰੀ-ਵੇਡਿੰਗ ਕਰਦੇ ਸੀਗੇ ਉਸ ਵੇਲੇ ਜਦੋਂ ਸਾਡੇ ਕੋਲ ਇੰਨੀਆਂ ਸੁੱਖ ਸਹੂਲਤਾਂ ਹੈ ਨਹੀਂ ਸੀ ਕੈਮਰੇ ਹੈ ਨਹੀਂ ਸੀ ਜਾਂ ਮਸ਼ੀਨਾਂ ਹੈ ਨਹੀਂ ਸੀ ਘੁਮਾਉਣ ਵਾਲੀਆਂ ਤੇ ਉਹ ਤੇ ਅੱਜ ਦੇ ਵਿੱਚ ਕੀ ਫਰਕ ਸਮਝਦੇ ਹੋ ਉਹ ਮੈਂ ਤੁਹਾਨੂੰ ਅੱਗੇ ਦੱਸਿਆ ਆ ਤੇ ਹੁਣ ਤੇ ਬਹੁਤ ਤਕਨੀਕਾਂ ਹੈਗੀਆਂ ਹੁਣ ਤੇ ਲੋਕੀ ਆਪਣੇ ਉਹ ਨਾਲ ਬਾਹਰ ਜਾਂਦੇ ਆ ਲੋਕੀ ਕੋਈ ਦਰਿਆਵਾਂ ਕਿਨਾਰੇ ਲੋਕੇਸ਼ਨਾਂ ਤੇ ਜਾਂਦੇ ਬੜਬੜੀਆਂ ਲੋਕੇਸ਼ਨਾਂ ਤੇ ਜਾਂਦੇ ਘਰੋਂ ਪੇਰੈਂਟ ਵੱਲੋਂ ਵੀ ਪੂਰੀ ਤਰ੍ਹਾਂ ਘਰ ਦੇ ਮਾਂ ਬਾਪ ਵੱਲੋਂ ਵੀ ਪੂਰੀ ਆਜ਼ਾਦੀ ਆ ਵੀ ਜੋ ਤੁਸੀਂ ਜਾ ਕੇ ਆਪਣਾ ਗਾਣਾ ਦਾ Song ਤਿਆਰ ਕਰਵਾਇਆ ਉਹ ਸਾਢੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਇਵਨ ਕਿ ਸਾਨੂੰ ਪੋਰਟਰੇਟ ਵੀ ਨਸੀ ਬਣਾਉਣ ਦਿੰਦੇ ਲੜਕੀ ਵਾਲਿਆਂ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਆਹ ਲੜਕੇ ਦੇ ਘਰ ਜਾ ਕੇ ਇਹੋ ਜਿਹਾ ਬਣਾਇਓ ਇੱਥੋਂ ਤੁਸੀਂ ਇੱਥੇ ਨਹੀਂ ਬਣਾਣੇ ਇੱਥੇ ਨਹੀਂ ਬਣਾਣੇ ਇੰਨੀ ਪਾਬੰਦੀ ਹੁੰਦੀ ਸੇ ਇੱਕ ਤੁਹਾਡੀ ਮੈਂ ਹੋਰ ਸੁਣੀ ਸੀਗੀ ਤੁਸੀਂ ਆਪਣੇ ਫੇਸਬੁੱਕ ਤੇ ਵੀ ਪਾਈ ਸੀਗੀ ਕਿ ਇੱਕ ਕਿਸੇ ਗਾਣੇ ਦਾ ਤੁਸੀਂ ਫਿਲਮੰਕਣ ਕਰ ਰਹੇ ਸੀਗੇ ਉਹਦੇ ਵਿੱਚ ਇੱਕ ਕੁੱਤੇ ਦਾ ਸ਼ੂਟ ਲੈਣ ਲਈ ਤੁਹਾਨੂੰ ਸਿਰਫ 7 ਤੱਕ 10 ਦਿਨ ਲੱਗੇ ਸੀਗੇ ਉਹ ਕੀ ਵਾਕਿਆ ਸੀ ਜੇ ਯਾਦਤ ਸਾਡੇ ਰਾਸ਼ਕ ਵੀਰਾਂ ਨੂੰ ਉਹਰੇ ਬਾਰੇ ਵੀ ਜਰੂਰ ਦੱਸਿਓ ਆ ਉਹ ਇੱਕ ਵਿੱਚ ਸਿਗਰ ਜੀ ਵਿੱਕੀ ਬਾਦਸ਼ਾਹ ਜੀ ਦਾ ਗਾਣਾ ਸੀਗਾ ਅੱਛਾ ਮੈਂ ਇੱਕ ਮੇਲੇ ਦੀ ਕਵਰੇਜ ਕਰਨ ਗਿਆ ਉਹਨੇ ਗਾਣਾ ਗਾਇਆ ਮੇਰੇ ਸ਼ੈਨ ਸ਼ਾਹ ਮੈਨੂੰ ਕੁੱਤਿਆਂ ਚ ਰੱਖ ਲਾ ਅੱਛਾ ਜੀ ਮੈਂ ਉਹਦੀ ਫੀਲਿੰਗ ਪੂਰੀ ਮਹਿਸੂਸ ਕੀਤੀ ਵੀ ਜਿਹੜਾ ਇਹ ਆਪਣੇ ਆਪ ਨੂੰ ਕੁਕਰ ਬਣਦਾ ਉਹਨੇ ਕਾਲੇ ਕੱਪੜੇ ਪਾਏ ਸੀ ਤੇ ਉਹਨੇ ਸ਼ੇਅਰ ਵੀ ਲਾਇਆ ਸੀਗਾ ਕਾਲੇ ਕੱਪੜੇ ਪਾਏ ਹੋਏ ਨੇ ਇਹਨਾਂ ਤੈਨੂੰ ਲੁੱਟ ਲੈਣਾ ਜਿਹੜੇ ਆਪਣੇ ਬਣਾਏ ਹੋਏ ਨੇ ਤੇ ਮੇਰੇ ਸ਼ੈਨ ਸ਼ਾਹ ਮੈਨੂੰ ਕੁੱਤਿਆਂ ਚ ਰੱਖ ਲਾ ਮੈਨੂੰ ਕਾਲੇ ਕੁੱਤੇ ਦੀ ਜ਼ਰੂਰਤ ਪਈ ਸੀ ਅੱਛਾ ਜੀ ਮੈਂ ਕਿਹਾ ਕਾਲਾ ਕੁੱਤਾ ਹੋਵੇ ਮਜ਼ਾਰ ਦੇ ਉੱਤੇ ਉਹ ਮਜ਼ਾਰ ਨਾਲ ਗੱਲ ਕਰਦਾ ਹੋਵੇ अच्छा जी ਤੇ ਅਸੀਂ ਸਾਨੂੰ ਇਹ ਪੀਰੀਅਡ ਬਣਾਉਣ ਵਾਸਤੇ ਇਹ ਸੀਨ ਬਣਾਉਣ ਵਾਸਤੇ ਸਾਨੂੰ ਤਾਂ ਪਹਿਲੀ ਗੱਲ ਪਹਿਲੀ ਗੱਲ ਉਹ ਕਾਲਾ ਕੁੱਤਾ ਨਾ ਲੱਭੇ ਜੇ ਕਾਲਾ ਕੁੱਤਾ ਲੱਭੇ ਤਾਂ ਮਜਾਰ ਦੇ ਉੱਤੇ ਉਹ ਫੰਕਸ਼ਨ ਨਾ ਪੂਰਾ ਕਰੇ ਇਸ ਕਰਕੇ ਸਾਨੂੰ ਉਦੋਂ ਤਕਨੀਕਾਂ ਕੁਛ ਨਹੀਂ ਸੀਗੀਆਂ ਅਸੀਂ ਆਪਣੇ ਉੱਤੇ ਇੱਕ ਬੋਰੀ ਲਈ ਆਪਣੇ ਉੱਤੇ ਕੱਖ ਪਾਏ ਵਿੱਚ ਦੀ ਕੈਮਰਾ ਲੁਕੂ ਕੇ ਫਿਰ ਅਸੀਂ ਉੱਥੇ ਉਹਨੂੰ ਗੁਝਾ ਕੇ ਇੱਕ ਦੋ ਦਿਨ ਸਾਨੂੰ ਉਹਨੂੰ ਉੱਥੇ ਪਤਾ ਲੱਗਾ ਕਿ ਇਹ ਆਉਂਦਾ ਆ ਉਹਦੇ ਲਈ ਕੋਈ ਖਾਣ ਲਈ ਬਿਸਕੁਟ ਵਗੈਰਾ ਜਾਂ ਉਹਦੇ ਕੋਈ ਇਸ ਤਰ੍ਹਾਂ ਦੀਆਂ ਕੁਝ ਉੱਥੇ ਰੱਖ ਦੇਣਾ ਉੱਥੇ ਰੱਖ ਦੇਣਾ ਫਿਰ ਉਹਨੂੰ ਗੁਝਾਇਆ ਫਿਰ ਉਹ ਲਿਆ ਤੇ ਫਿਰ ਇਸ ਤਰ੍ਹਾਂ 3-2-3 ਦਿਨ ਧੁੱਪ ਦੇ ਵਿੱਚ ਅਸੀਂ 2-2 ਘੰਟੇ ਉਹਦੇ ਵਿੱਚ ਕੱਖਾਂ ਦੇ ਵਿੱਚ ਲੁਕ ਲੁਕ ਕੇ ਕੈਮਰਾ ਲੁਕੋ ਕੇ ਤੇ ਇਹਵੇਂ ਸੇਲ ਕੀਤਾ ਉਹ ਇਹ ਗੱਲ ਸੀ ਅੱਛਾ ਜੀ ਯਾਨਕਿ ਉਹ ਵਾਲਾ ਤਿਆਰਬਾ ਅੱਜ ਦੇ ਤਿਆਰਬੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਦੇਖੋ ਜੀ ਅੱਜ ਜਿਹੜੀ ਆ ਇਹ ਤਕਨੀਕ ਬਣੀ ਬਣਾਈ ਮਿਲ ਰਹੀ ਆ ਜੀ ਤਕਨੀਕ ਬਣੀ ਬਣਾਈ ਮਿਲ ਰਹੀ ਆ ਤੁਹਾਡੇ ਕੋਲ ਮਸ਼ੀਨਰੀ ਉਹਨਾਂ ਨੇ ਸਾਡੇ ਸਾਇੰਟਿਸਟਾਂ ਨੇ ਸਾਡੇ ਇੰਜੀਨੀਅਰਾਂ ਨੇ ਸਾਡੇ ਆਨੇ ਹਰ ਪਾਸੇ ਅੱਜ ਦੌਰ ਜ ਤਕਨੋਲੋਜੀ ਦਾ ਜ਼ੋਰ ਤੇ ਟੈਕਨੋਲੋਜੀ ਵੱਧ ਗਈ ਆ ਕਿ ਮਾੜੀ ਜੀ ਤੁਹਾਨੂੰ ਤੰਗੀ ਮਾਮੂਲੀ ਜੀ ਕੋਈ ਤੰਗੀ ਆਉਂਦੀ ਉਹਦਾ ਦੂਸਰੇ ਦਿਨ ਉਹਦਾ ਹੱਲ ਮਾਰਕੀਟ ਦੇ ਵਿੱਚ ਆਇਆ ਹੁੰਦਾ ਆ ਦੇ ਉਦੋਂ ਸਾਡੇ ਜ਼ਮਾਨਿਆਂ ਦੇ ਵਿੱਚ ਤਾਂ ਕੋਈ ਐਡੀ ਤਕਨੀਕ ਹੈ ਨਹੀਂ ਸੀ ਸਾਰਾ ਅੰਦਰੋਂ ਹੀ ਆਪਣੇ ਜੈਨੇ ਦੇ ਵਿੱਚੋਂ ਹੀ ਦਿਮਾਗ ਦੇ ਉੱਤੋਂ ਕੱਢਣਾ ਪੈਂਦਾ ਸੀ ਅੱਛਾ ਪੀਵੀਜੀ ਸਮਾਜ ਇਜਾਜ਼ਤ ਨਹੀਂ ਦਿੰਦਾ ਸਾਨੂੰ ਜਾਂਦੇ ਸੰਦੇ ਸਾਡੇ ਦਸ਼ਕ ਵੀਰਾਂ ਨੂੰ ਕੁਝ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜੋ ਸਾਡੀ ਅੱਜ ਦੀ ਗੱਲਬਾਤ ਸੁਣ ਕੇ ਜਿਹੜੇ ਨਵੇਂ ਫੋਟੋਗ੍ਰਾਫਰ ਬਣਨਾ ਚਾਹੁੰਦੇ ਆ ਉਹ ਵੀ ਤੁਹਾਡੇ ਵਾਂਗੂ ਇੱਕ ਸਫਲ ਫੋਟੋਗ੍ਰਾਫਰ ਬਣ ਸਕਣ ਬਹੁਤ ਵਧੀਆ ਤੁਸੀਂ ਅੱਜ ਮੈਨੂੰ ਇਹ ਗੱਲ ਪੁੱਛੀ ਹੈ ਔਰ ਮੈਂ ਕਹਣੀ ਵੀ ਚਾਹਨਾ ਕਿ ਦੋਸਤੋ ਮੇਰੇ ਪਿਆਰੇ ਵੀਰੋ ਮੇਰੇ ਪਿਆਰੇ ਫੋਟੋਗ੍ਰਾਫਰੋ ਭਰਾਵੋ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨਾ ਜਿਸ ਕਿਤੇ ਦੇ ਵਿੱਚ ਸਾਰੀ ਦੁਨੀਆ ਦਾ ਮਨੋਰਥ ਜੀ ਫਰਪ੍ਰੀਤ ਜੀ ਚਾਹੇ ਕੋਈ ਵੀ ਕੰਮ ਕਰਦਾ ਜੀ ਕੁਛ ਵੀ ਕਰਦਾ ਆ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਦਾ ਮਨੋਰਥ ਰੋਟੀ ਦਾ ਮਸਲਾ ਜੀ ਆਪਣੀ ਰਿਜ਼ਕ ਦਾ ਮਸਲਾ ਹੈਗਾ ਆਪਣੇ ਕਾਰੋਬਾਰ ਨੂੰ ਚਲਾਉਣ ਨੂੰ ਆਪਣੇ ਬੱਚੇ ਪਾਲਣ ਨੂੰ ਆਪਣੀ ਰਸੋਈ ਚਾਲਣ ਨੂੰ ਚਲਾਉਣ ਨੂੰ ਇਹ ਸਾਰਾ ਮਤਲਬ ਹੈਗਾ ਜੀ ਸੋ ਜੇ ਆਪਾਂ ਜਿਸ ਕੰਮ ਦੇ ਜਿਸ ਜਿਸ ਨੂੰ ਜਦੋਂ ਆਪਾਂ ਕੰਮ ਕਰਨਾ ਉਹਦੇ ਨਾਲ ਸਭ ਤੋਂ ਪਹਿਲਾਂ ਮੁਹੱਬਤ ਕਰੋ ਉਸ ਕੰਮ ਦੇ ਨਾਲ ਜੀ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਜਰਬਾ ਕੀਤਾ ਤੇ ਇੱਕ ਆਪਣੇ ਕਸਟਮਰ ਨਾਲ ਪਿਆਰ ਕਰੋ ਜੀ ਜਦੋਂ ਤੁਸੀਂ ਕਸਟਮਰ ਨਾਲ ਪਿਆਰ ਕਰੋਗੇ ਆਪਣੇ ਕੰਮ ਨਾਲ ਮੁਹੱਬਤ ਕਰੋਗੇ ਉਹ ਖੁਦਾ ਉਹ ਵਾਹਿਗੁਰੂ ਉਹ ਪ੍ਰਮਾਤਮਾ ਤੁਹਾਡੇ ਉੱਪਰ ਦਇਆ ਲਾਉ। ਜੀ ਤੇ ਤੁਹਾਡਾ ਕਾਰੋਬਾਰ ਅੱਗੇ ਹੀ ਅੱਗੇ ਵਧਦਾ ਜਾਊਗਾ। ਜੀ ਕਿਸੇ ਵੀ ਆਪਾਂ ਇਹ ਨਹੀਂ ਮਹਿਸੂਸ ਕਰਨਾ ਆਪਣੇ ਕਾਮਤ ਉਹ ਤੰਗੀ ਹੋਣ ਦੁੱਖ ਹੋਣਾ। ਅਸੀਂ ਤਾਂ ਬਹੁਤ ਦੁੱਖ ਝੇਲੇ ਆ। ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਫੋਟੋਗ੍ਰਾਫੀ ਤੇ ਬਹੁਤ ਦੁੱਖ ਝੇਲੇ ਆ। ਲੇਕਿਨ ਅੱਜ ਤਾਂ ਟੈਕਨੋਲੋਜੀ ਸਾਰਾ ਕੁਝ ਸਹੂਲਤਾਂ ਹੈਗੀਆਂ। ਮੈਂ ਸਾਈਕਲ ਤੇ ਮੂਵੀਆਂ ਬਣਾਉਣ ਜਾਂਦਾ ਸੀ। ਸਭ ਆਪਣੇ ਦਰਸ਼ਕਾਂ ਨੂੰ ਸਵਾਲ ਨਾਲ ਲੰਬਾ ਕਰਦਾ ਹੋਇ ਇਹ ਕਹਿੰਦਾ ਕਿ ਆਪਣੇ ਕੰਮ ਨਾਲ ਮੁਹੱਬਤ ਕਰੋ, ਪਿਆਰ ਕਰੋ। ਔਰ ਖੁਸ਼ੀ ਨਾ ਕਰੋ ਅਗਰ ਖੁਸ਼ੀ ਨਾਲ ਕੀਤਾ ਹੋਇਆ ਕੰਮ ਜਿਹੜਾ ਵਧੇਗਾ ਫੁੱਲੇਗਾ ਤੁਸੀਂ ਹਮੇਸ਼ਾ ਲਈ ਰਿਜਕ ਰੋਜ਼ੀ ਰੋਟੀ ਆਪਣੇ ਬੱਚੇ ਪਾਲੋਗੇ ਠੀਕ ਹੈ ਜੀ ਦੋਸਤੋ ਇਹ ਸੰ ਸਾਡੇ ਨਾਲ ਪੀਵੀ ਪਿੱਲੂ ਜੀ ਮਸ਼ਹੂਰ ਫਿਲਮ ਆਪਣੇ ਫੋਟੋਗ੍ਰਾਫਰ ਪਿੰਡ ਬਸੀ ਜਲਾਲ ਤੋਂ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਸਾਨੂੰ ਨੀਤੇ ਵੀਡੀਓ ਦੇ ਵਿੱਚ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਜੀ ਥੈਂਕ ਯੂ ਧੰਨਵਾਦ ਜੀ ਪੀਵੀਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਤੇ ਤੁਹਾਡਾ ਵੀ ਧੰਨਵਾਦ ਜੀ ਪੰਜਾਬੀ ਰੰਗ ਟੀਵੀ ਦਾ ਵੀ ਧੰਨਵਾਦ ਜੀ ਤੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਓਕੇ ਜੀ